ਕੁਲਦੀਪ ਸਿੰਘ ਚਾਹਲ ਜੀ ਦੇ ਅਤੇ DCP ਅਤੇ ਜਾਂ ਜੀ ਦੀ ਅਗਵਾਈ ਹੇਠ ਜਿਹੜਾ ਹੈਗਾ ਇੱਕ ਬਹੁਤ ਵੱਡਾ ਦੋ ਬੰਦਿਆਂ ਦਾ ਗੈਂਗ ਫੜਿਆ ਆ ਔਰ ਇਹਦੇ ਵਿੱਚ ਇੱਕ ਹੋਰ ਬੰਦਾ ਨੋਮੀਨੇਟ ਕੀਤਾ। ਇਹਦੇ ਨਾਲ ਅਸੀਂ ਘੱਟੋ ਘੱਟ ਹੁਣ ਤੱਕ ਜਿਹੜੀਆਂ ਨੇ 12 ਵਾਰਦਾਤਾਂ ਜਿਹੜੀਆਂ ਲੁੱਟਾਂ ਖੋਹਾਂ ਦੀਆਂ ਜਿਹੜੀਆਂ ਹੈਗੀਆਂ ਟਰੇਸ ਕਰਨ ਦੇ ਵਿੱਚ ਜਿਹੜੀ ਹੈਗੀ ਆ ਉਪਲਬਧੀ ਹਾਸਿਲ ਕੀਤੀ ਹੈ। ਇਹਨਾਂ ਦੇ ਕੋਲੋਂ ਅਸੀਂ ਇੱਕ ਹੁਣ ਤੱਕ ਇੱਕ ਐਕਟਿਵਾ, ਦੋ ਮੋਬਾਈਲ ਔਰ ਦਾਤਰ ਜਿਹੜਾ ਹੈਗਾ ਆ ਇਹਦਾ ਰਿਕਵਰ ਕੀਤਾ ਆ। ਇਹਦੇ ਵਿੱਚ ਇੱਕ ਸੋਨੂ ਨਾਮ ਦਾ ਵਿਅਕਤੀ ਜਿਹੜਾ ਗ੍ਰਿਫਤਾਰ ਕੀਤਾ ਗਿਆ ਜਿਹੜਾ ਜਵਾਹਰ ਨਗਰ ਕੈਂਪ ਲੁਧਿਆਣੇ ਦਾ ਹੈਗਾ ਰਹਿਣ ਵਾਲਾ, ਦੂਸਰਾ ਰਿਸ਼ਵ ਔਰ ਫਲਾਡੀ ਹੈਗੀ ਆ ਜਿਹੜਾ ਇਹ ਵੀ ਜਿਹੜਾ ਜਵਾਹਰ ਨਗਰ ਕੈਂਪ ਦਾ, ਔਰ ਜਿਹੜਾ ਸੋਨੂ ਹੈਗਾ ਇਹਦੇ ਉੱਤੇ ਆਲਰੇਡੀ ਜਿਹੜੇ ਸਨੈਚਿੰਗ ਦੇ 3 ਮੁਕੱਦਮੇ ਦਰਜ ਨੇ ਔਰ ਇਹਨਾਂ ਦੇ ਕੋਲੋਂ ਅਸੀਂ ਜਿਹੜੇ ਹੈਗੇ ਆ 12 ਮੁਕੱਦਮੇ ਹੋਰ ਜਿਹੜੇ ਹੈਗੇ ਆ ਲੁਧਿਆਣੇ ਦੇ ਵੱਖ ਵੱਖ ਵਾਰਦਾਤਾਂ ਜਿਹੜੀਆਂ ਹੋਈਆਂ ਨੇ ਆਪਣੇ ਆਪਣੇ ਮਾਡਲ ਟਾਊਨ ਦੇ ਵਿੱਚ ਦੈਨ ਬੱਸ ਸਟੈਂਡ ਦੇ ਆਲੇ ਦੁਆਲੇ ਜਿਹੜੀਆਂ ਹੈਗੀਆਂ ਦਾਤਰ ਮਾਰ ਕੇ ਉਹਨੂੰ ਜਿਹੜਾ ਹੈਗਾ ਟਰੇਸ ਕਰਨ ਦੇ ਵਿੱਚ ਅਸੀਂ ਜਿਹੜੀ ਹੈਗੀ ਆ ਸਫਲਤਾ ਹਾਸਲ ਕੀਤੀ। ਕਿਸ ਤਰੀਕੇ ਦੇ ਨਾਲ ਇਹਨਾਂ ਦਾ ਜਿਹੜਾ ਮਾਡਲ ਆਫ ਬ੍ਰੈਂਡੀ ਸੀਗਾ ਉਹ ਐਕਟਿਵਾ 'ਤੇ ਜਾਂਦੇ ਕਿਸੇ ਵੀ ਬੰਦੇ ਨੂੰ ਜਿੱਦਾਂ ਇਕੱਲਾ ਜਾ ਰਿਹਾ ਕੋਈ ਪ੍ਰਵਾਸੀ ਜਾ ਰਿਹਾ ਉਹਨੂੰ ਦਾਤਰ ਮਾਰ ਕੇ ਅਤੇ ਮੋਬਾਈਲ ਖੋਲ ਲੈਣਾ ਜਾਂ ਦਾਤਰ ਦਿਖਾ ਕੇ ਉਹਦੇ ਕੋਲ ਜਿਹੜੇ ਹੈਗੇ ਆ ਪੈਸੇ ਖੋਲ ਲੈਣੇ। ਜ਼ਿਆਦਾਤਰ ਇਹ ਜਿਹੜੇ ਹੈਗੇ ਆ ਕੈਸ਼ ਵੀ ਖੋਂਦੇ ਸੀਗੇ ਔਰ ਇਹਨਾਂ ਦੇ ਮੋਬਾਈਲ ਵੀ ਖੋਂਦੇ ਸੀਗੇ ਜੀ। ਇੱਕ ਇਹਨਾਂ ਦੇ ਕੋਲੋਂ ਜਿਹੜੀ ਹੋਣੀ ਅਸੀਂ ਐਕਟਿਵਾ ਵੀ ਜਿਹੜੀ ਹੈਗੀ ਆ ਰਿਕਵਰ ਕੀਤੀ ਹੈਗੀ ਆ। ਇਹਨਾਂ ਦੇ ਨਾਲ ਇੱਕ ਵਿਅਕਤੀ ਹੋਰ ਹੈਗਾ ਉਹਦਾ ਨਾਂ ਨਹੀਂ ਮੈਂ ਡਿਸਕਲੋਜ਼ ਕਰ ਸਕਦਾ ਪ੍ਰੈਸ ਕਾਨਫਰੰਸ, ਬਟ ਇੱਕ ਉਹ ਵੀ ਇਹਦਾ ਗੈਂਗ ਦਾ ਮੈਂਬਰ ਹੈਗਾ ਉਹ ਵੀ ਫੜਨ ਵਾਲਾ, ਉਹ ਵੀ ਇਹਨਾਂ ਦੇ ਨਾਲ ਲੁੱਟਾਂ ਖੋਹਾਂ ਦੇ ਵਿੱਚ। ਲੇਕਿਨ ਸਰ ਇਸ ਮਾਮਲੇ 'ਚ ਨਾਮਜ਼ਦ ਨਹੀਂ ਕੀਤਾ ਜਿਹੜਾ ਤੀਜਾ ਤੁਸੀਂ ਕਹਿ ਰਹੇ ਹੋ ਜਿਹੜਾ? ਹਾਂਜੀ ਕੀਤਾ, ਨਾਮਜ਼ਦ ਹੋ ਗਿਆ, ਬਟ ਉਹ ਜੇ ਮੈਂ ਹੁਣ ਪ੍ਰੈਸ ਕਾਨਫਰੰਸ ਦਾ ਫਿਰ ਉਹ ਦੋਸ਼ੀ ਨੂੰ ਥੋੜਾ ਜੀ ਠੀਕ ਠੀਕ ਜੀ ਸਰ ਜਿਹੜਾ ਈ ਰਿਕਸ਼ੇ ਦੇ ਵਿੱਚ ਸਵਾਰ ਜਾਂ ਸਵਾਰੀ ਜਾ ਰਹੀ ਸੀਗੀ ਉਹਨਾਂ ਨੂੰ ਦਾਅ ਦਿਖਾਇਆ ਗਿਆ ਕਿ ਸੀਰੀਜ਼ ਦਾਅ ਦਿਖਾ ਕੇ ਉਹਨਾਂ ਨੂੰ 5000 ਦੀ ਰਕਮ ਲੁੱਟੀ ਗਈ ਇਹ ਉੱਧਰ ਸੀਗਾ ਬੱਸ ਸਟੈਂਡ ਦੇ ਵਿੱਚ, ਬੱਸ ਸਟੈਂਡ ਉਸ ਤੋਂ ਬਾਅਦ ਵਾਰਦਾਤ ਕਰਨ ਤੋਂ ਬਾਅਦ ਉਸ ਸ਼ਖਸ ਫਿਰ ਥਾਣੇ ਪਹੁੰਚਿਆ ਇਤਲਾਹ ਕਿਦਾਂ ਵੀ ਨਾਕੇਬੰਦੀ ਦੌਰਾਨ ਇਹ ਸ਼ਖਸ ਉੱਥੋਂ ਨਿਕਲਦੇ ਪਏ ਸੀ। ਦੇਖੀ ਜਿਹੜੇ ਕ੍ਰਿਮੀਨਲ ਹੁੰਦੇ ਆ ਨਾ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਪੁਲਿਸ ਦੇ ਜਿਹੜੀਆਂ ਹੈਗੀਆਂ ਨੋਟਿਸ ਦੇ ਵਿੱਚ ਜਿਹੜੀਆਂ ਹੈਗੀਆਂ ਜਦੋਂ ਵਾਰਦਾਤ ਕਰਦੇ ਆ ਉਹ ਹੈਗਾ ਕਈ ਵਾਰੀ ਅਨਰਿਪੋਰਟਡ ਜਿਹੜੀ ਗੱਲ ਕੋਈ ਰਹਿ ਜਾਂਦੀ ਹੈਗੀ ਆ, ਬਟ ਇਹਦੇ ਵਿੱਚ ਜਿਹੜੀ ਹੈਗੀ ਆ ਦੋਸ਼ੀ ਨੇ ਕਨਫੈਸ ਕੀਤਾ ਹੈਗਾ ਕਿ ਉਹਨਾਂ ਨੇ ਆਹ ਵਾਰਦਾਤ ਜਿਹੜੀਆਂ ਹੈਗੀਆਂ ਕੀਤੀ ਜੀ। ਲੇਕਿਨ ਕੋਈ ਇਹੋ ਜਿਹਾ ਵੀ ਵਿਅਕਤੀ ਹੈਗਾ ਜਿਹੜਾ ਸੀਰੀਅਸ ਇੰਜਰੀ ਹੋਈ ਇਹਨਾਂ ਦਾ ਸ਼ਿਕਾਰ ਬਣਿਆ ਜਿਹੜਾ ਹੁਣ ਤੱਕ ਦੀ ਜਿਹੜੀ ਪੁੱਛਗਿੱਛ ਹੈ ਉਹਦੇ ਵਿੱਚ ਦਾ ਜਿਹੜਾ ਹੈਗਾ ਇਹਨਾਂ ਦੇ 2-3 ਇੰਜਰੀਸ ਵਾਲੇ ਜਿਹੜੇ ਕਿ 379B ਦੇ ਜਿਹੜੇ ਪਹਿਲੇ ਵੀ ਮੁਕੱਦਮੇ ਹੈਗੇ ਉਹੀ ਹੁੰਦੇ ਆ ਜਿਹਦੇ ਵਿੱਚ ਕਿ ਕੋਈ ਨਾ ਕੋਈ ਸੱਟ ਲਾ ਕੇ ਜਿਹੜੀ ਹੈ ਖੋਹ ਕੀਤੀ ਗਈ ਹੁੰਦੀ ਆ, ਉਹ ਆਲਰੇਡੀ 3 ਮੁਕੱਦਮੇ ਜਿਹੜੇ ਹੈਗੇ 379B ਦੇ ਹੈਗੇ ਆ, ਸੋ ਨੈਚੁਰਲੀ ਜਿਹੜੀ ਹੈ ਤੁਹਾਡੇ ਵਾਲੀ ਗੱਲ ਹੈ ਸਹੀ ਹੈ। ਠੀਕ ਹੈ, 12 ਵਾਰ ਦਿੱਤਾ ਕੀਤੀ ਇਹਨਾਂ ਨੇ ਜੀ ਪ੍ਰੈਸ ਨੂੰ ਦਿੱਤਾ ਹੈ 12 ਵਾਰਤਾਂ ਦੇ ਵਿੱਚ ਇਹਨਾਂ ਨੇ ਸਭ ਨੂੰ ਵੱਡੀ ਜਿਹੜੀ ਵਾਰਤਾ ਜਿਹੜੀ ਕੀਤੀ ਹੈ ਉਹ ਸਿਰਫ ਇਹਦੇ ਵਿੱਚ ਦੱਸੀ ਆ ਰਹੀ ਕਿ 5000 ਰੁਪਏ ਦੀ ਜਿਹੜੀ ਕੀਤੀ ਹੈ ਜਿਹੜੀ ਈ ਰਕਸ਼ੇ ਵਾਲੀ। ਈ ਰਕਸ਼ੇ ਦੇ ਵਿੱਚ ਸਵਾਰੀ ਲੇਡੀ ਸੀਗੀ ਕਿ ਜੈਂਟਸ ਸੀ ਜਿਹਦੇ ਤੇ ਦਾਅ ਦਿਖਾ ਕੇ ਰੋਕਿਆ ਕਿ ਈ ਰਕਸ਼ੇ ਵਾਲੇ ਨੂੰ ਰੋਕਿਆ ਕਿ ਇੱਕ ਸਵਾਲ ਹੈ ਸਰ ਕੋਮਨ ਜੈਂਟਸ ਦੀ ਜੈਂਟਸ ਬੈਠੇ ਸੀਗੇ ਈ ਰਿਕਸ਼ਾ ਦੇ ਵਿੱਚ ਸੀਗੇ ਜਾ ਰਹੇ ਸੀਗੇ ਉੱਥੇ ਇਹਨਾਂ ਨੇ ਈ ਰਿਕਸ਼ਾ ਰੋਕ ਕੇ ਦਾਤਰ ਦੇ ਦੋ ਦੇ ਨਾਲ 3 ਜਾਣੇ ਸੀਗੇ ਐਕਟਿਵਾ ਅੱਗੇ ਲਾ ਕੇ ਈ ਰਿਕਸ਼ਾ ਰੋਕ ਕੇ ਔਰ ਦਾਤਰ ਵਿਖਾ ਕੇ ਉਹ ਬੰਦੇ ਤੋਂ ਜਿਹੜੇ ਹੈਗੇ ਪੈਸੇ। ਇਹ ਜਦੋਂ ਉਹਨੂੰ ਰੋਕਿਆ ਗਿਆ ਤਾਂ ਦਾਤ ਨਾਲ ਕੋਈ ਬਰਾਮਦ ਹੋਇਆ ਸੀ? ਨਹੀਂ, ਦਾਤ ਤਾਂ ਹੁਣ ਫੜੇ ਗਏ, ਹੁਣ ਦਾਤ ਬਰਾਮਦ ਕੀਤਾ ਹੈ ਨੈਚੁਰਲੀ ਜੋ ਸਕੂਟਰੀ ਦੀ ਜਿਹੜੀ ਹੁਣ ਸਕੂਟਰੀ ਰਿਕਵਰ ਕੀਤੀ ਹੈ ਇਹਦੇ ਉੱਤੇ ਚੜ੍ਹ ਕੇ ਜੇ ਹੀ ਮੈਂ ਉਹੀ ਬੇਨਤੀ ਕਰ ਰਿਹਾ ਕਿ ਜਿਹੜੇ ਸਕੂਟਰੀ ਉੱਤੇ ਚੜ੍ਹ ਕੇ ਜਿਹੜਾ ਹੈਗਾ ਦਾਤ ਦੇ ਨਾਲ ਜਿਹੜੀ ਹੈਗੀ ਆ ਉਹ ਵਾਰਦਾਤ ਕੀਤੀ ਹੈ, ਜਿਹੜੀ ਸਕੂਟਰੀ ਵੀ ਰਿਕਵਰ ਹੋ ਗਈ ਔਰ ਦਾਤ ਵੀ ਹੋ ਗਈ। ਦੇਖੀ ਕਾਬਲੇ ਤਾਰੀਫ ਹੈ ਤੁਹਾਡੇ ਥਾਣਾ ਦੇ ਵਿੱਚ ਨੂੰ ਸਾਹਿਬ ਦੇ SHO ਤੇ ASP ਸਾਹਿਬ ਜਿਹਨਾਂ ਨਾਕਾਬੰਦੀ ਚਲਾਣਾ ਰੋਕੇ ਤੇ ਵਾਰਦਾ 12 ਟਰੇਸ ਹੋ ਚੁੱਕੀ ਹੋ ਹੋਈਆਂ ਨੇ, ਲੇਕਿਨ ਹੋਰ ਰਿਮਾਂਡ ਤੋਂ ਬਾਅਦ ਕਿੰਨੀਆਂ ਵਾਰਦਾ ਰਿਮਾਂਡ ਮਿਲੇ ਤੇ ਕਿੰਨੀਆਂ? ਦੇਖੋ ਸਾਨੂੰ ਉਮੀਦ ਹੈ ਕਿ ਘੱਟੋ ਘੱਟੇ ਦਿਨਾਂ 20 ਤੋਂ ਜ਼ਿਆਦਾ ਵਾਰਦਾਤਾਂ ਜਿਹੜੀਆਂ ਹੈਗੀਆਂ ਟਰੇਸ ਹੋਣਗੀਆਂ, ਕਿਉਂਕਿ ਕੁਛ ਇਹਨਾਂ ਨੇ ਜਿਹੜੀਆਂ ਹੁਣ ਹਜੇ ਟਰੇਸ ਕਰ ਰਹੇ, ਕੁਛ ਜਿਹੜੀਆਂ ਬਾਕੀ ਹੋਰ ਵੀ ਜਿਹੜੇ ਅੱਗੇ ਬਾਕੀ ਦੋਸਤ ਜਿਹਨਾਂ ਦੇ ਨਾਲ ਦੇ ਸਾਥੀ ਹੈਗੇ ਉਹਨਾਂ ਤੋਂ ਵੀ ਪਤਾ ਲੱਗਣਗੇ, ਕਿਉਂਕਿ ਹਮੇਸ਼ਾ ਕ੍ਰਿਮੀਨਲ ਦਾ ਇਹ ਹੁੰਦਾ ਕ੍ਰਿਮੀਨਲ ਉਨੀ ਕੀ ਗੱਲ ਐਕਟੀਵਿਟੀ ਦੱਸਦਾ ਹੁੰਦਾ ਜਿੰਨੀ ਕਿ ਪੁਲਿਸ ਉਹ ਤੋਂ ਪੁੱਛਦਾ ਹੁੰਦੀ ਹੈ, ਜਦੋਂ ਜ਼ਿਆਦਾ ਉਹ ਤੋਂ ਬਰੀਕੀ ਨਾਲ ਪੁੱਛ ਕੇ ਜਿਹੜੀ ਹੈਗੀ ਰਿਮਾਂਡ ਲੈ ਕੇ ਕਰਾਂਗੇ ਤਾਂ ਫਿਰ ਉਹਦਾ ਇਨਫੋਰਮੇਸ਼ਨ ਜ਼ਰੂਰ ਸ਼ੇਅਰ ਕਰਾਂਗੇ। ਕਿੱਥੇ ਰਹਿਣ ਵਾਲੇ ਦੋਨੋਂ
ਜਵਾਹਰ ਨਗਰ ਕੈਂਪ ਦੇ ਹੈਗੇ ਲੁਧਿਆਣੇ ਦੇ ਜੀ ਦੋਵੇਂ ਰਹਿਣ। ਕਿਹੜੇ ਕਿਹੜੇ ਇਹਨਾਂ ਦੇ ਏਰੀਆ ਚੁਣੇ ਹੋਏ ਸੀਗੇ ਵਾਰਦਾਤ? ਮੋਸਟਲੀ ਜਿਹੜੇ ਏਰੀਆ ਜਿਹੜੇ ਵਿੱਚ ਹੁਣ ਇਹਨਾਂ ਨੂੰ ਫੜਿਆ ਗਿਆ ਉਹ ਤਾਂ ਸਾਡੇ ਡਿਵੀਜ਼ਨ ਨੰਬਰ 7 ਦੇ ਵਿੱਚ ਫੜਿਆ ਗਿਆ ਵਾਰਦਾਤ ਕਰਦੇ ਹੋਇਆ, ਔਰ ਬਾਕੀ ਜਿਹੜੇ ਇਹਨਾਂ ਦਾ ਜਿਹੜਾ ਏਰੀਆ ਸੀਗਾ ਉਹ ਆਪਣੇ ਲੁਧਿਆਣਾ ਬੱਸ ਸਟੈਂਡ ਦੇ ਨਾਲ ਦਾ ਜਿਹੜਾ ਹੈਗਾ ਮਾਡਲ ਟਾਊਨ ਦੇ ਜਿਹੜਾ ਪ੍ਰੈਸ ਲਿਖਿਆ ਹੋਇਆ ਅੱਗੇ ਉਸ ਏਰੀਏ ਦੇ ਵਿੱਚ ਜ਼ਿਆਦਾ ਇਹਨਾਂ ਨੇ ਬਾਤ ਜਿਹੜੀ ਹਜੇ ਤੱਕ ਐਸੀ ਗੱਲ ਕੋਈ ਨਹੀਂ ਹੈਗੀ, ਬਟ ਫਿਰ ਵੀ ਇਹਨਾਂ ਦਾ ਰਿਮਾਂਡ ਲੈ ਕੇ ਜਿਹੜੀ ਹੈਗੀ ਆ ਜੋ ਵੀ ਹੈ ਡੋਗ ਟੈਸਟ ਕਰਵਾ ਕੇ ਫਿਰ ਕਨਫਰਮ ਕਰ ਦਿੱਤੇ। ਦੇਖੋ ਫਿਲਹਾਲ ਜਿਹੜੇ ਹੈਗੇ 3 ਮੁਕੱਦਮੇ ਦਰਜ ਹੈਗੇ ਨੇ 2023 ਤੋਂ, ਇਹ ਜੇਲ੍ਹ 'ਚ ਸੀਗਾ ਬਾਹਰ ਆਇਆ, ਇਹ ਵਿਹਲਾ ਟਾਈਪ ਹੈ। ਅਨਮੈਰਿਡ ਸਰ ਇਹ ਜਿਹੜੇ ਇਹਦੇ ਵਿੱਚ ਲਿਖਿਆ ਕਿ ਇਹਨਾਂ ਨੇ 20 ਹੋਮ ਖੋਏ ਨੇ ਅਤੇ 2 ਬਰਾਮਦ ਹੋਏ ਨੇ, ਬਾਕੀ 18 ਦੇਖੋ ਬਾਕੀ ਜਿਹੜੇ ਕਿੱਥੋਂ ਕਿੱਥੋਂ ਹੋਏ ਨੇ, ਕਿਹੜੇ ਕਿਹੜੇ ਇਹਨਾਂ ਨੇ ਵਾਰਦਾਤਾਂ ਕੀਤੀਆਂ ਉਹ IMI ਸਰਚ ਲਾ ਕੇ ਜ਼ਰੂਰ ਜਿਹੜੇ ਬਾਕੀ ਵੀ ਜਿਹੜੇ ਰਿਕਾਰਡ ਵੇਚਦੇ ਸੀ ਕਿੱਥੇ ਲੈ ਜਾ ਕੇ ਵੇਚਦੇ ਸੀ ਅੱਜ ਤੱਕ ਇਹ ਸਾਰੇ ਜਿਹੜੇ ਹੈਗੇ ਆ ਨਾ ਜੀ ਹੁਣ ਰਿਮਾਂਡ ਲੈ ਲਿਆ ਇਹਨਾਂ ਦਾ, ਪੁੱਛਗਿੱਛ ਕਰਕੇ ਜ਼ਰੂਰ ਤੁਹਾਡਾ ਇਨਫੋਰਮੇਸ਼ਨ। ਇਹਨਾਂ ਦਾ 3 ਦਿਨ ਦਾ ਰਿਮਾਂਡ ਲਿਆ, ਬਿਲਕੁਲ ਜਲਦੀ। ਥੈਂਕ ਯੂ। ਪਿਛਲੇ ਸਾਲ ਮਰਡਰ ਹੋਇਆ ਸੀਗਾ ਜੇਲ੍ਹ ਦੇ ਨਾਲ, ਬਿਲਕੁਲ ਉਹ ਹੋਇਆ ਕੁਛ, ਉਹਦਾ ਬਣਿਆ ਜੀ ਉਹ ਮੈਡਮ ਉਹਦੇ ਅੱਗ ਲਾ ਕੇ ਸਾੜ ਦਿੱਤਾ ਸੀਗਾ, ਆਪਣਾ FSL ਰਿਪੋਰਟ ਮੰਗਾਈ ਅਸੀਂ।